ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਖਾਸ ਤੌਰ ਤੇ ਜਿਹੜੇ ਵਿਦਿਆਰਥੀ ਕੈਨੇਡਾ ਦੇ ਨਾਲ এডਿਕੇਸ਼ਨ ਲੈਣਾ ਚਾਹੁੰਦੇ ਨੇ ਜਾਂ ਲੈ ਰਹੇ ਨੇ ਜਾਂ ਜਿਨ੍ਹਾਂ ਨੇ ਫਾਈਲ ਲੌਂਚ ਕਰਨੀ ਹੈ ਜਾਂ ਫਾਈਲ ਲੌਂਚ ਕਰ ਚੁੱਕੇ ਨੇ ਕੈਨੇਡਾ ਤੋਂ ਇੱਕ ਵੱਡਾ ਅਲਰਟ ਹੈ ਹੁਣ ਕਿਹੜੇ ਪ੍ਰੋਫਾਈਲ ਨੇ ਜਿਨ੍ਹਾਂ ਨੂੰ ਅਮਰੀਕਾ ਦੀ ਤਰ੍ਹਾਂ ਯੂਐਸਸੀ ਦੀ ਤਰ੍ਹਾਂ ਇੰਟਰਵਿਊ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਔਰ ਕਿੰਨੇ ਇੱਕ ਪਰਸੈਂਟ ਵਿਦਿਆਰਥੀਆਂ ਨੂੰ ਇੰਟਰਵਿਊ ਆ ਸਕਦੀ ਹੈ ਔਰ ਕਿਹੜੀ ਫਾਈਲ ਹੈ ਕਿਹੜੇ ਪ੍ਰੋਫਾਈਲ ਨੇ ਜਿਨ੍ਹਾਂ ਦੀ ਵੈਰੀਫਿਕੇਸ਼ਨ ਹੋਊਗੀ ਔਰ ਵੈਰੀਫਿਕੇਸ਼ਨ ਦੇ ਵਿੱਚ ਕੀ ਕੀ ਡਾਕੂਮੈਂਟਸ ਨੇ ਜਿਹੜੇ ਸਟੂਡੈਂਟਸ ਨੂੰ ਤਿਆਰ ਕਰਕੇ ਰੱਖਣੇ ਪੈਣਗੇ ਇਹ ਬਹੁਤ ਵੱਡਾ ਵਿਸ਼ਾ ਹੈ ਜਿਹਨੂੰ ਬਹੁਤ ਧਿਆਨ ਦੇ ਨਾਲ ਸਟੂਡੈਂਟ ਸੁਣਨ ਤੇ ਆਪਣੇ ਅੱਗੇ ਫਰੈਂਡ ਸਰਕਲ 'ਚ ਆਪਣੇ ਦੋਸਤਾਂ ਨੂੰ ਵੀ ਜ਼ਰੂਰ ਅਵੇਅਰ ਕਰਨ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਨਾਕਲ ਜਿਹੜੇ ਕੀ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦਵਾਉਣ ਦੇ ਬਾਦਸ਼ਾਹ ਨੇਵੇਂ ਸਟੂਡੈਂਟਸ ਦਾ ਸਕਸੈਸ ਰੇਟ ਹੋਰ ਵੀ ਜ਼ਿਆਦਾ ਹੈ ਤੀਰਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤਿਰਜੀ ਕਿਹੜੀ ਪ੍ਰੋਫਾਈਲ ਹੈ ਜਿਹਦੇ ਤੇ ਇੰਟਰਵਿਊ ਆ ਸਕਦੀ ਹੈ? ਕਿੰਨੇ ਇੱਕ ਪਰਸੈਂਟ ਇੰਟਰਵਿਊ ਦੀ ਉਮੀਦ ਹੈ? ਕੀ ਸਰਕਾਰੀ ਕਾਲਜਾਂ ਚ ਇੰਟਰਵਿਊ ਆਉਂਦੀ ਹੈ ਜਾਂ ਪ੍ਰਾਈਵੇਟ ਕਾਲਜਾਂ ਚ ਆਉਂਦੀ ਹੈ ਜਾਂ ਦੋਵਾਂ ਦੇ ਵਿੱਚ ਆ ਸਕਦੀ ਹੈ? ਇਹ ਸਾਰੇ ਵਿਸ਼ਿਆਂ ਦੇ ਨਾਲ ਨਾਲ ਵੈਰੀਫਿਕੇਸ਼ਨ ਕਿਸ ਰੂਪ ਚ ਹੋ ਰਹੀ ਹੈ? ਕਿੰਨੇ ਕ ਵਿਦਿਆਰਥੀਆਂ ਨੂੰ ਵੈਰੀਫਿਕੇਸ਼ਨ ਦੀਆਂ ਚਿੱਠੀਆਂ ਆ ਰਹੀਆਂ ਨੇ? ਕੀ ਕੀ ਮੰਗਿਆ ਜਾ ਰਿਹਾ ਹੈ? ਇਹ ਸਾਰੀ ਕਹਾਣੀ જરા ਸਾਫ਼ ਕਰੀਏ। ਤਬਿਲ ਕੋ ਸਾਹਿਬ ਤਾਂ ਸਭ ਤੋਂ ਪਹਿਲਾਂ ਮੈਂ ਸਾਰੇ ਸਟੂਡੈਂਟ ਨੂੰ ਕਹਿਣਾ ਚਾਹਾਂਗਾ ਕਿ ਕਿਸੇ ਵੀ ਬੱਚੇ ਨੂੰ ਡਰਨ ਦੀ ਲੋੜ ਨਹੀਂ ਹੈ 네ਗੇਟਿਵ ਨਹੀਂ ਹੋਣਾ ਬਹੁਤ ਸਾਰੀਆਂ ਵੀਡੀਓਜ਼ ਚੱਲ ਵੀ ਰਹੀਆਂ ਮਾਰਕੀਟ ਤੇਜ਼ੀ ਨਾਲ ਜਿਹੜੀਆਂ ਕਿ ਵਾਇਰਲ ਵੀ ਹੋ ਰਹੀਆਂ ਬਟ ਮੈਂ ਕਹੂੰਗਾ ਚਾਹੇ ਇੰਟਰਵਿਊ ਆ ਜਾਏ ਚਾਹੇ ਡਾਕੂਮੈਂਟ ਦੀ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਆ ਜਾਵੇ ਕੈਨੇਡਾ ਦੀ ਐਂਬੈਸੀ ਹਮੇਸ਼ਾ ਸਟੂਡੈਂਟ ਦਾ ਸਾਥ ਦਿੰਦੀ ਆ ਤੇ ਯੈਸ ਇਹ ਬੱਚੇ ਵੈਰੀਫਿਕੇਸ਼ਨ ਤੋਂ ਬਾਅਦ ਵੀ ਵੀਜ਼ਾਸ ਲੈ ਗਏ ਆ ਤੇ ਇੰਟਰਵਿਊ ਤੋਂ ਬਾਅਦ ਵੀ ਬੱਚੇ ਵੀਜ਼ਾਸ ਲੈ ਗਏ ਸੋ ਡਰਨ ਦੀ ਲੋੜ ਨਹੀਂ ਪਹਿਲੀ ਗੱਲ ਤੇ ਇਹ ਹੈ ਕਿ ਦੂਸਰਾ ਜਿਹੜਾ ਸਵਾਲ ਜਿਹੜਾ ਮੇਨ ਮੁੱਦਾ ਹੈਗਾ ਕਿ ਕਿਹੜੇ ਬੱਚੇ ਨੂੰ ਆਏਗੀ ਸਰਕਾਰੀ ਕਾਲਜ ਵਾਲੇ ਬੱਚੇ ਨੂੰ ਆਏਗੀ ਜਾਂ ਪ੍ਰਾਈਵੇਟ ਵਾਲੇ ਨੂੰ ਬੱਚੇ ਆਏਗੀ ਤੇ ਅੱਜ ਮੈਂ ਦੱਸ ਦਉ ਮੇਰੇ ਬੇਟਾ ਕਾਲਜ ਮੈਟਰ ਨਹੀਂ ਕਰਦਾ ਇੰਸਟੀਚਿਊਟ ਮੈਟਰ ਨਹੀਂ ਕਰਦਾ ਤੁਹਾਡਾ ਸਲਾਹਕਾਰ ਕੋਣ ਇਹ ਵੀ ਮੈਟਰ ਨਹੀਂ ਕਰਦਾ ਹਾਂ ਰੈਂਡਮਲੀਆ ਰੈਂਡਮਲੀ ਵਿੱਚ ਵਿੱਚੋ ਜਿਹੜੀਆਂ ਕਿ ਬੱਚਿਆਂ ਨੂੰ ਜਿਹੜੀਆਂ ਇੰਟਰਵਿਊਜ਼ ਆ ਰਹੀਆਂ ਤੇ ਉਹ ਪਹਿਲੀ ਵਾਰੀ ਨਹੀਂ ਹੋਈਆਂ ਨਵੰਬਰ ਮੰਥ ਦੇ ਵਿੱਚ ਵੀ ਸ਼ੁਰੂ ਹੋਈਆਂ ਸੀਗੀਆਂ ਆ ਮਈ ਮੰਥ ਚ ਪੀਟੀ ਵਾਲੇ ਬੱਚੇ ਦੀ ਵੀ ਆਈਆਂ ਸੀਗੀਆਂ ਤੇ ਯਸ ਆ ਜਿਹੜੀਆਂ ਹੋਣ ਇੰਟਰਵਿਊਜ਼ ਆ ਰਹੀਆਂ ਸਰ ਇਹ ਆਇਲਸ ਵਾਲੇ ਬੱਚਿਆਂ ਨੂੰ ਵੀ ਆ ਰਹੀਆਂ ਸਾਡੇ ਵੀ ਤਿੰਨ ਸਟੂਡੈਂਟਸ ਨੂੰ ਜਿਹੜੀਆਂ ਕਿ ਇੰਟਰਵਿਊ ਦੀਆਂ ਕਾਲ ਆ ਚੁੱਕੀਆਂ ਤੇ 7th ਆਫ ਜੁਲਾਈ 10th ਆਫ ਜੁਲਾਈ ਸੋ ਸਮਾਂ ਹੈ ਸਟੂਡੈਂਟਸ ਦੇ ਕੋਲ ਆਪਣੀ ਪੂਰੀ ਤਿਆਰੀ ਰੱਖਣ ਦਾ ਸੋ ਅੱਜ ਮੈਂ ਉਮੀਦ ਆਸਵਾ ਇੰਟਰਵਿਊ ਆਉਣਾ ਮਤਲਬ ਇਹ ਨਹੀਂ ਕਿ ਹਾਈ ਵੀਜ਼ਾ ਨਹੀਂ ਆਉਣਾ ਇੰਟਰਵਿਊ ਆਉਣਾ ਮਤਲਬ ਯਸ ਵਨ ਸਟੈਪ ਟੂਵਰਡਸ ਵੀਜ਼ਾ ਉਹਨਾਂ ਨੇ ਪੁਆਇੰਟ ਲਿਖੇ ਹੁੰਦੇ ਆ ਕਿ ਇਹ ਚੀਜ਼ਾਂ ਦੇ ਜਵਾਬ ਅਸੀਂ ਤੁਹਾਡੇ ਤੋਂ ਪੁੱਛਣੇ ਆ ਸਵਾਲ ਤੁਹਾਡੇ ਤੋਂ ਪੁੱਛਣੇ ਤੇ ਉਹਨਾਂ ਦਾ ਸਵਾਲਾਂ ਦੇ ਜਵਾਬ ਦੇ ਕੇ ਤੇ ਬਿਲਕ ਮੈਨੂੰ ਇਹ ਕ ਲੱਗ ਰਿਹਾ ਆ ਇੰਟਰਵਿਊ ਤੋਂ ਸਰ ਮੈਨੂੰ ਲੱਗ ਰਿਹਾ ਕਿ ਮੈਂ ਨਹੀਂ ਡਰਦਾ ਕਿਸੇ ਵੀ ਬੱਚੇ ਤੋਂ ਤੋਂ ਤੇ ਵੈਰੀਫਿਕੇਸ਼ਨ ਤੋਂ ਮੈਨੂੰ ਨਹੀਂ ਲੱਗਦਾ ਪਰ ਵੈਰੀਫਿਕੇਸ਼ਨ ਜੇ ਤੁਹਾਡੀ ਪ੍ਰੋਫਾਈਲ ਸਾਰੀ ਸਹੀ ਹੈਗੀ ਆ ਫਿਰ ਨਹੀਂ ਡਰਨ ਦੀ ਲੋੜ ਹੈਗੀ ਤੇ ਅੱਜ ਦੀ ਜਿਹੜਾ ਜਿਹੜਾ ਮੇਨ ਮੁੱਦਾ ਖਾਸਔਰ ਤੇ ਉਹ 700 ਬੱਚਾ ਜਿਹੜਾ ਕੀ ਖਰਾਬ ਹੋਇਆ ਸੀਗਾ ਜਿਨ੍ਹਾਂ ਦੀਆਂ ਐਲਓਏ ਕਹਿੰਦੇ ਨਾ ਲੈਟਰ ਆਫ ਐਕਸੈਪਟੈਂਸ ਕਾਲਜ ਵੱਲੋਂ ਫੇਕ ਲੱਗੀਆਂ ਇਹ ਕਾਲਜ ਨੂੰ ਵੀ ਨਹੀਂ ਪਤਾ ਸੀ ਬੱਚੇ ਦੀ ਐਡਮਿਸ਼ਨ ਹੋਈ ਨਹੀਂ ਹੋਈ ਹਾਂ ਉਹ ਬੱਚਿਆਂ ਦੀ ਅੱਜ ਦੀ ਰੇਟ ਦੇ ਵਿੱਚ ਜਦੋਂ ਉਹਦਾਂ ਦੀਆਂ ਵੈਰੀਫਿਕੇਸ਼ਨ ਆ ਰਹੀਆਂ ਕਿ ਲਾਸਟ 6 ਮਾਸੇ ਦੀਆਂ ਸਟੇਟਮੈਂਟਸ ਮੰਗੀਆਂ ਜਾ ਰਹੀਆਂ ਜਾਂ ਐਲਓਈ ਮੰਗੀਆਂ ਜਾ ਰਹੀਆਂ ਹਾਂ ਜੇਕਰ ਉਹਦੇ ਵਿੱਚ ਗੜਬੜੀ ਹੈਗੀ ਆ ਤਾਂ ਤਾਂ ਬਿਲਕੁਲ ਮੈਂ ਤਾਂ ਕਹੂੰਗਾ ਸੱਚਾਈ ਦੇ ਵਿੱਚ ਤੁਹਾਨੂੰ ਜਿਹੜੀ ਕੀ ਟੈਨਸ਼ਨ ਲੈਣੀ ਚਾਹੀਦੀ ਅਦਰਵਾਜ਼ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਅੱਜ ਮੈਂ ਦੱਸ ਦਵਾਂ ਸਾਡੇ ਬੱਚਿਆਂ ਨੂੰ ਪਬਲਿਕ ਸਰਕਾਰੀ ਕਾਲਜ ਦੇ ਵਿੱਚ ਵੀ ਬੱਚਿਆਂ ਨੂੰ ਜਿਹੜੀਆਂ ਕੀ ਆ ਇਹ ਰਿਕੁਐਸਟ ਲੈਟਰ ਸਾਨੂੰ ਰੀਸੀਵ ਹੋ ਚੁੱਕੀਆਂ ਕਿ ਕਿੱਦਾਂ-ਕਿੱਦਾਂ ਤੁਸੀਂ ਜਿਹੜੇ ਫਾਈਨੈਂਸ ਮੈਨੇਜ ਕੀਤੇ ਜੈਨੂਅਰ ਨਹੀਂ ਆ ਤੇ ਬੱਚਿਆਂ ਦੇ ਅਸੀਂ ਅਪਲਾਈ ਸਬਮਿਟ ਕਰ ਵੀ ਚੁੱਕੇ ਆ ਇਸ 16 ਤਰੀਕ ਤੋਂ ਆ 16 ਜੂਨ ਤੋਂ ਜਿਹੜੀ ਕਿਸੇ-ਕਿਸੇ ਪਹਿਲੀ ਨੋਟੀਫਿਕੇਸ਼ਨ ਜਾਰੀ ਹੋਈ ਸੀਗੀ ਤੇ 19 ਤਰੀਕ ਨੂੰ ਵੀ ਜਿਹੜੀਆਂ ਕਾਫੀ ਜੜੀ ਨੋਟੀਫਿਕੇਸ਼ਨ ਆਈਆਂ ਤੇ ਦੇਖਦੇ ਹਾਂ ਕਿ ਕਿੰਨੇ ਕ ਦਿਨ ਤੱਕ ਐਂਡ ਆਫ ਦਾ ਡੇ ਜੇ ਦੇਮਨ ਨੇ ਛੋੜ ਗੱਡਾ ਸਟੂਡੈਂਟ ਨੂੰ ਫਾਇਦਾ ਜ਼ਰੂਰ ਹੋਊਗਾ ਤੇ ਅੱਜ ਜਿਹੜੇ ਨਵੇਂ ਸਟੂਡੈਂਟ ਖਾਸ ਤੌਰ ਤੇ ਜਿਨ੍ਹਾਂ ਦੀ ਫਾਈਲ ਹਜੇ ਐਮਬੈਸੀ ਨਹੀਂ ਗਈ ਨਾ ਉਹ ਵੀ ਨਵਾਂ ਸਟੂਡੈਂਟ ਆ ਮੈਂ ਤਾਂ ਕਹੂੰਗਾ ਤੇ ਸੋਰ ਸਮਝ ਕੇ ਆਪਣੇ ਸਾਰੇ ਸਟੈਪ ਚੱਕਨ ਕੋਈ ਐਦਾਂ ਦੀ ਇਨਫੋਰਮੇਸ਼ਨ ਆਪਣੀ ਫਾਈਲ ਦੇ ਵਿੱਚ ਨਾ ਦੇ ਪਾਉਣ ਮੈਂ ਕਹਿ ਕੇ ਹਟਾ ਨਾ ਰੈਂਡਮਲੀ ਕਿਸੇ ਵੀ ਬੱਚੇ ਨੂੰ ਉਹ ਚੁੱਕ ਸਕਦੇ ਆ ਕੋਈ ਤੇ ਤੁਹਾਡਾ ਨੰਬਰ ਨਾਲ ਲੱਗ ਜਾਏ ਸੋ ਇਸੇ ਲਈ ਕਿਉਂਕਿ ਕੈਨੇਡਾ ਦੀ ਐਮਬੈਸੀ ਬਿਲਕੁਲ ਸਖਤ ਕਰ ਰਹੀ ਦੀ ਪਿਛਲੇ ਸਪਟੰਬਰ ਮਹੀਨੇ ਤੋਂ ਇਸੇ ਮਤਲਬ ਤੁਸੀਂ ਸਾਡੀਆਂ ਪੁਰਾਣੀਆਂ ਵੀਡੀਓਜ਼ ਕੱਢੋ ਸਾਰੀਆਂ ਤੁਸੀਂ ਦੇਖ ਸਕਦੇ ਆ ਸੋ ਅਸੀਂ ਹਮੇਸ਼ਾ ਟਾਈਮ ਟੂ ਟਾਈਮ ਅਵੇਅਰ ਕੀਤਾ ਤੇ ਇਹ ਵੀ ਇੱਕ ਬਹੁਤ ਵੱਡੀ ਅਵੇਰਨੈਸ ਵਾਲੀ ਵੀਡੀਓ ਆ ਕਿਸੇ ਤਰ੍ਹਾਂ ਦਾ ਫੇਕ ਡਾਕੂਮੈਂਟੇਸ਼ਨ ਆਪਣੀ ਫਾਈਲ ਚ ਨਾ ਲਾਓ ਖਾਸ ਕਰਕੇ ਉਹ ਡਾਕੂਮੈਂਟ ਜਿਹਦਾ ਜਵਾਬ ਨਾ ਦਿੱਤਾ ਜਾਏ ਜੇ ਨਾ ਵੀਜ਼ਾ ਨਾਲ ਰਿਫਿਊਜ਼ਲ ਕੀ ਲੱਗਣਾ ਬੈਨ ਬੈਨ ਮਤਲਬ ساری ਉਮਰ ਲਈ ਕੈਨੇਡਾ ਬੰਦ ਕਹਿਣ ਨੂੰ ਹੀ 5 ਸਾਲ ਹੁੰਦਾ ਕਿਤੇ ਨਾ ਕਿਤੇ ਜੇ ਐਕਸਟਰਾਔਰਡਨਰੀ ਜਿਹੜੀਆਂ ਸਿਚੁਏਸ਼ਨ ਚੇਂਜ ਹੋਣਗੀਆਂ ਤਾਂ ਬੈਨ ਟੁੱਟਦਾ ਨਹੀਂ ਤਾਂ ਫਿਰ ਉਹ ਕਿਤੇ ਨਾ ਕਿਤੇ ਪਰਮਨੈਂਟਲੀ ਫੁੱਲ ਸਟਾਪ ਲੱਗ ਜਾਂਦੀ ਆ ਸੋ ਉਮੀਦ ਕਰਦਾ ਸੋ ਆ ਜਿੰਨੇ ਵੀ ਆ ਨਿਊਜ਼ ਆ ਰਹੀਆਂ ਡਰਨਾ ਨਹੀਂ ਹੈਗਾ ਅਵੇਅਰ ਰਹਿਣਾ ਅਪਡੇਟ ਰਹਿਣਾ ਸੱਚ ਦੇ ਰਾਹ ਤੇ ਚੱਲਣਾ ਵੀਜ਼ੇ ਵੀ ਰੋਜ਼ ਨਾਲ ਆ ਰਹੇ ਆ ਕੱਲੀਆਂ ਇੰਟਰਵਿਊ ਦੀਆਂ ਚਿੱਠੀਆਂ ਨਹੀਂ ਕੱਲੀਆਂ ਮੈਂ ਕਹੂੰਗਾ ਵੈਰੀਫਿਕੇਸ਼ਨ ਦੀਆਂ ਚਿੱਠੀਆਂ ਨਹੀਂ ਨਾਲ ਵੀਜ਼ਾਸ ਵੀ ਰੋਜ਼ ਆ ਰਹੇ ਐ ਤੇ ਉਮੀਦ ਕਰਦਾ ਸਾਰੇ ਜਾਣੇ ਰਾਜੀ ਖੁਸ਼ੀ ਦੇ ਚੜ੍ਹਦੀ ਕਲਾ 'ਚ ਰਹਿਣਗੇ ਪੋਜ਼ਿਟਿਵ ਰਹਿਣਗੇ ਤੇ ਉਸ ਬਾਈਕੂ ਤੇ ਯਕੀਨ ਰੱਖਣਗੇ ਸੱਚ ਬੋਲ ਕੇ ਚੱਲੋ ਸਫ਼ਰ ਲੰਬਾ ਜਰੂਰ ਹੋਵੇ ਬਟ ਸੇਰੇ ਜਰੂਰ ਲਗੋਗੇ ਬਿਲਕੁਲ ਜੀ ਸੋ ਬਹੁਤ ਹੀ ਚੰਗੀ ਮੈਨੂੰ ਲੱਗਦਾ ਡਿਸਕਸ਼ਨ ਸਾਡੀ ਰਹੀ ਤੀਰਤ ਜੀ ਨੇ ਬਹੁਤ ਵਿਸਥਾਰ ਦੇ ਵਿੱਚ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਨੇ ਫਿਰ ਵੀ ਤੁਹਾਨੂੰ ਕੋਈ ਕਨਫਿਊਜ਼ਨ ਹੈ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤੇ 85578 85578 ਤੇ ਤੀਰੇ ਸਿੰਘ ਪੈਨਕਲ ਉਹਨਾਂ ਨੂੰ ਤੁਸੀਂ ਜ਼ਰੂਰ ਟੈਲੀਫੋਨ ਕਰੋ ਥੈਂਕ ਯੂ ਸੋ ਮਚ